ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵਕ ਜਿਸ ਨੂੰ ਬਾਬੇ ਦੇ ਵਿਆਹ ਨਾਲ ਜਾਣਿਆ ਜਾਂਦਾ ਹੈ। ਅੱਜ ਗੁਰੂ ਨਾਨਕ ਦੇਵ ਜੀ ਦਾ 531ਵਾਂ ਵਿਆਹ ਪੂਰਵ ਸਮੂਹ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਵਿੱਚ ਸੇਧ ਭਾਵਨਾ ਦਾ ਸਜਦਾ ਦੇਖਣ ਯੋਗ ਸੀ। ਅੰਮ੍ਰਿਤਸਰ ਸਾਹਿਬ ਤੋਂ ਬਾਬਾ ਜੀ ਦੇ ਸਹੁਰੇ ਪਿੰਡ ਬਟਾਲਾ ਤੱਕ ਥਾਂ ਥਾਂ ਤੇ ਲੰਗਰ, ਅਖੰਡ ਪਾਠ, ਕੀਰਤਨ, ਦਰਬਾਰ ਧੂਮਧਾਮ ਨਾਲ ਮਨਾਏ ਜਾ ਰਹੇ ਸਨ ਅਤੇ ਸੰਗਤਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਅਤੇ ਉੱਥੇ ਹੀ ਪ੍ਰਸ਼ਾਸਨ ਦੀ ਕਮੀ ਵੀ ਰੜਕ ਰਹੀ ਸੀ। ਜ਼ਿਕਰਯੋਗ ਹੈ, ਕਿਸੇ ਸਿਆਸੀ ਆਗੂ ਨੇ ਲੰਘਣਾ ਹੋਵੇ ਤਾਂ ਜਾਂ ਰੈਲੀਆਂ ਕਰਨੀਆਂ ਹੋਣ, ਉੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਸਖਤੀ ਵਰਤੀ ਜਾਂਦੀ ਹੈ, ਪਰ ਬਾਬਾ ਜੀ ਦੇ ਵਿਆਹ ਮੌਕੇ ਪ੍ਰਸ਼ਾਸਨ ਵੱਲੋਂ ਕੋਈ ਸਖਤਾਈ ਦੇਖਣ ਨੂੰ ਨਾ ਮਿਲੀ। ਨੌਜਵਾਨਾਂ ਵੱਲੋਂ ਅਤੇ ਸ਼ਰਾਰਤੀ ਅੰਸਰਾਂ ਵੱਲੋਂ ਬੁਲਟਾਂ ਦੇ ਪਟਾਕੇ ਪਾਏ ਜਾ ਰਹੇ ਸਨ ਅਤੇ ਟਰੈਕਟਰਾਂ ਦੇ ਬੋਨਟਾਂ ਤੇ ਬਹਿ ਕੇ ਕਾਨੂੰਨ ਦੀਆਂ ਧੱਜੀਆਂ ਵੀ ਉਡਾਈਆਂ ਜਾ ਰਹੀਆਂ ਸਨ। ਬੜੀ ਖੁਸ਼ੀ ਦੀ ਗੱਲ ਹੈ ਕਿ ਸੰਗਤਾਂ ਬੜੀ ਸ਼ਰਧਾ ਅਤੇ ਪ੍ਰੇਮ ਭਾਵਨਾ ਦੇ ਨਾਲ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 531ਵੇਂ ਵਿਆਹ ਪੁਰਬ ਨੂੰ ਮਨਾ ਰਹੀਆਂ ਨੇ। ਹਜ਼ਾਰਾਂ ਲੱਖਾਂ ਨੇ, ਕਰੋੜਾਂ ਸੰਗਤਾਂ ਨੇ ਅੱਜ ਗੁਰੂ ਦੀਆਂ ਦੀਵਾਨਾਂ ਵਿੱਚ ਹਾਜ਼ਰੀ ਭਰੀ ਆ। ਜਗ੍ਹਾ ਜਗ੍ਹਾ 'ਤੇ ਸੰਗਤਾਂ ਦੀ ਆਓ ਜਾਈ ਵਾਸਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਆ। ਗੁਰੂ ਸਾਹਿਬ ਜੀ ਦੀ ਪਾਲਕੀ ਦਾ ਬੜੇ ਥਾਵਾਂ 'ਤੇ ਤਹਿ ਦਿਲੋਂ ਸਤਿਕਾਰ ਕੀਤਾ ਗਿਆ ਹੈ। ਪਰ ਇਹਦੇ ਨਾਲ ਇੱਕ ਨਾ ਹੋਰ ਗੱਲ ਵੀ ਸਾਹਮਣੇ ਹੋਈ ਹੈ ਕਿ ਅਸੀਂ ਜਦੋਂ ਪਾਲਕੀਆਂ ਕੱਢਦੇ ਹਾਂ ਅਤੇ ਉਸਦੇ ਗੁਰੂ ਜੀ ਦੇ ਸਤਿਕਾਰ ਵਾਸਤੇ ਕੱਢਦੇ ਹਾਂ, ਪਰ ਕੁਝ ਸ਼ਰਾਰਤੀ ਅਨਸਰ ਵੇਖਿਆ ਕਿ ਮੋਟਰਸਾਈਕਲ ਕਦੀ ਪਾਲਕੀ ਸਾਹਿਬ ਦੇ ਅੱਗੇ ਲੈ ਜਾਂਦੇ ਆ, ਕਦੀ ਪਿੱਛੇ ਲੈ ਜਾਂਦੇ ਆ, ਵੰਨ ਸੁਣਨੇ ਹਾਰਨ ਵੱਜਦੇ ਆ, ਇੱਥੋਂ ਤੱਕ ਕਿ ਕਈ ਲੋਕ ਪਟਾਕੇ ਪਾਉਣੋਂ ਵੀ ਆਵਾਜ਼ ਨਹੀਂ ਆਉਂਦੇ। ਉਹਨਾਂ ਵੀਰਾਂ ਨੂੰ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਗੁਰੂ ਚਰਨਾਂ ਦੇ ਨਾਲ ਜੁੜਦੇ ਹਾਂ ਅਤੇ ਗੁਰੂ ਦੇ ਸਤਿਕਾਰ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੀਆਂ ਸ਼ਰਾਰਤੀ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜਿਸ ਦੇ ਨਾਲ ਸਿੱਖ ਸੰਗਤਾਂ ਦੇ ਮਨ ਨੂੰ ਠੇਸ ਪਹੁੰਚਦੀ ਆ। ਇਸ ਕਰਕੇ ਮੈਂ ਬੇਨਤੀ ਕਰਨਾ ਕਿ ਜਿੱਥੇ ਅਸੀਂ ਗੁਰੂ ਸਾਹਿਬ ਦੇ ਸਤਿਕਾਰ ਵਾਸਤੇ ਜਾਂਦੇ ਹਾਂ, ਉੱਥੇ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਸਤਿਕਾਰ ਵਿੱਚ ਹੀ ਆਇਆ ਕਰੀਏ, ਸ਼ਰਾਰਤਾਂ ਕਰਨ ਵਿੱਚ ਨਾ ਆਇਆ ਕਰੀਏ, ਸ਼ਰਾਰਤਾਂ ਨੂੰ ਘਰੇ ਛੱਡ ਕੇ ਆਇਆ ਕਰੀਏ। ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਹਰ ਸਾਲ ਬੜੇ ਲੰਬੇ ਅਰਸੇ ਤੋਂ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਨੂੰ ਮਨਾਇਆ ਜਾਂਦਾ ਆ ਰਿਹਾ ਕਿ ਸੰਗਤਾਂ ਕਰੋੜਾਂ ਦੀ ਗਿਣਤੀ ਵਿੱਚ ਜੁੜਦੀਆਂ ਵੀ ਆ। ਉੱਥੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਥੋੜ੍ਹੀ ਜਿਹੀ ਨਾਕਾਮੀ ਨਜ਼ਰ ਜ਼ਰੂਰ ਆਉਂਦੀ ਆ, ਕਿਉਂਕਿ ਜੇ ਅਤੇ ਇੱਥੇ ਹੀ ਦੇਖਣ ਨੂੰ ਮਿਲਿਆ ਕਿ ਬਟਾਲੇ 'ਚ ਇੱਕ ਮਾਸੂਮ ਬੱਚੇ ਦੀ ਇਸੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਮੌਤ ਵੀ ਹੋਈ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਘਟਨਾ ਹੈ। ਅੰਮ੍ਰਿਤਸਰ ਤੋਂ ਕੈਮਰਾਮੈਨ ਦੀਪਕ ਬਜਾਜ ਦੇ ਨਾਲ ਹਨੀ ਮਹਿਰਾ, ਜੀਵੇ ਪੰਜਾਬ ਟੀਵੀ।